समाज सेवा चैनल देख रहे सारे दर्शकों नूं मेरे वल्लों मनजिंदर सिंह कंग वल्लों आप सब नूं प्यार भरी सत श्री अकाल नमस्कार वाहिगुरू जी का खालसा वाहिगुरू जी की फतेह। दोस्तों अज असीं पहुंचे हां पिंड मैसमपुर कलां खुरद ते इत्थों दे इक सरदार गुरदयाल सिंह जो इस टाइम बहुत वधिया समाज सेवक भी ने ਅਤੇ ਇਸ ਵਾਰ ਆਪ ਜੀ ਨੂੰ ਪਤਾ ਹੀ ਹੈ ਵੀ ਸਰਪੰਚੀ ਦੀ ਜਿਹੜੀ ਇਲੈਕਸ਼ਨ ਆ ਬਿਲਕੁਲ ਸਿਖਰਾਂ 'ਤੇ ਆ ਅਤੇ ਹਰ ਪਾਰਟੀ ਨੇ ਜਿਹੜੇ ਆਪਣੇ ਉਮੀਦਵਾਰ ਵਾ ਮੈਦਾਨ ਦੇ ਵਿੱਚ ਉਤਾਰ ਦਿੱਤੇ ਆ ਅਤੇ ਅੱਜ ਸਾਡੇ ਨਾਲ ਗੁਰਦਿਆਲ ਸਿੰਘ ਜੀ ਇਸ ਪਿੰਡ ਵਿੱਚ ਸਰਪੰਚ ਖਲਾਉਣਾ ਚਾਹੁੰਦੇ ਨੇ ਅਤੇ ਅੱਜ ਇਹਨਾਂ ਦੇ ਕਰਾਂਗੇ ਜਜ਼ਬਾਤਾਂ ਨਾਲ ਗੱਲਾਂ ਕੀ ਇਹਨਾਂ ਦੇ ਮੁੱਦੇ ਨੇ ਜਿਹੜੇ ਪਿੰਡ ਦੀ ਦੁਨੀਆ ਤੱਕ ਲੈ ਕੇ ਆਉਣਗੇ ਅਤੇ ਆਓ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਸਰਦਾਰ ਗੁਰਦਿਆਲ ਸਿੰਘ ਜੀ ਨਾਲ। ਸਤਿ ਸ਼੍ਰੀ ਅਕਾਲ ਜੀ ਬਾਪੂ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਮੇਰੀ ਵੱਲੋਂ ਆਪ ਜੀ ਦੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਮੇਰੇ ਗਰੀਬ ਨਿਵਾਜ ਦੇ ਘਰ ਆਣ ਕੇ ਚਰਨ ਪਾਏ ਨੇ ਮੇਰੇ ਮੈਨੂੰ ਆਣ ਕੇ ਤੁਸੀਂ ਦਰਸ਼ਨ ਦਿੱਤੇ ਆ। ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ। ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਇਹਨਾਂ ਦੇ ਮੁੱਦਿਆਂ ਬਾਰੇ ਵੀ ਕੀ ਮੁੱਦੇ ਆ ਜਿਹੜੇ ਇਸ ਟਾਈਮ ਇਹ ਗਾਂ ਸਰਪੰਚ ਬਣ ਕੇ ਜਿਹੜਾ ਪਿੰਡ 'ਚ ਲੈ ਕੇ ਆਉਂਦੇ ਆ ਕਿਹੜੇ ਕਿਹੜੇ ਮੁੱਦੇ ਜੀ ਕੀ ਕੰਮ ਕਰੋਗੇ ਤੁਸੀਂ? ਮੇਰੇ ਵੀਰੋ ਦਾ ਭਰਾਓ, ਮੈਂ ਆਪਣੇ ਪਿੰਡ ਦੀ ਸਾਧ ਸੰਗਤ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਬੜੇ ਪਿਆਰ ਉਤਸ਼ਾਹ ਨਾਲ ਸਰਪੰਚੀ ਇਲੈਕਸ਼ਨ ਲੜਨ ਦੀ ਬਹੁਤ ਮੈਨੂੰ ਪਿਆਰ ਕੀਤਾ, ਪਿਆਰ ਕਰਨ ਦੇ ਆ ਵੀ ਤਕੜੇ ਹੋ ਕੇ ਇਲੈਕਸ਼ਨ ਲੜੋ। ਮੈਂ ਆਪਣੇ ਪਿੰਡ ਦੀ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਪਿਆਰ ਦੇ ਕੇ ਇਲੈਕਸ਼ਨ ਲੜਾਉਣ ਦਾ ਤਿਹਾ ਕੀਤਾ ਵਾ। ਤੁਹਾਡੀ ਐਜੂਕੇਸ਼ਨ ਕਿੰਨੀ ਜੀ ਪੜ੍ਹਾਈ? ਮੈਂ ਆਪਣਾ ਮਿਡਲ ਆ। ਮਿਡਲ ਕਲਾਸ, ਠੀਕ ਹੈ ਜੀ। ਪਹਿਲਾਂ ਕੋਈ ਜੋਬ ਕਰਦੇ ਰਹੇ ਜੀ? ਨਹੀਂ ਜੀ। ਤੁਸੀਂ ਸਰਪੰਚ ਬਣਨ ਤੋਂ ਬਾਅਦ ਤਾਂ ਚਲੋ ਬਹੁਤ ਸਾਰੇ ਕੰਮ ਕਰੋਗੇ, ਪਹਿਲਾਂ ਵੀ ਕੋਈ ਲੋਕ ਭਲਾਈ ਦੇ ਕੰਮ ਕਰ ਰਹੇ ਹੋ ਜੀ ਤੁਸੀਂ? ਹਾਂਜੀ, ਮੈਂ ਜੀ ਬੜੇ ਸਮੇਂ ਤੋਂ ਮੇਰੇ ਪਿੰਡ ਮਿਡਲ ਸਕੂਲ ਆ ਜਿਹਦੇ ਵਿੱਚ ਹਰ ਸਾਲ ਮੈਂ ਦੀਵਾਲੀ ਦੇ ਤਕਰੀਬਨ ਲਾਗੇ ਛਾਗੇ ਜਾ ਕੇ ਜਿੰਨੇ ਵੀ ਉੱਥੇ ਬੱਚੇ 100-125 ਬੱਚਾ ਮੈਂ ਉਸ ਨੂੰ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਉਹਨਾਂ ਕੋਲ ਪਿਆਰ ਲੈਂਦਾ। ਮੈਂ ਉਹਨਾਂ ਨੂੰ ਵਰਦੀਆਂ ਦੇ ਰਿਹਾ ਹਰ ਸਾਲ ਦੀ ਤਰ੍ਹਾਂ। ਬਹੁਤ ਕਾਫੀ ਸਮੇਂ ਤੋਂ ਮੈਂ ਬੱਚਿਆਂ ਨੂੰ ਵਰਦੀਆਂ ਦੇ ਰਿਹਾ। ਪੂਰੇ ਸਕੂਲ ਨੂੰ ਜੀ? ਸਾਰੇ ਸਕੂਲ ਨੂੰ ਜੀ। ਕਿੰਨੇ ਬੱਚੇ ਟੋਟਲ ਸਕੂਲ ਦੇ? ਉੱਥੇ ਜੀ ਕਈ ਵਾਰ 125 ਬੱਚਾ ਹੁੰਦਾ ਵਾ, ਕਈ ਵਾਰ 100 ਹੁੰਦਾ, ਕਈ ਵਾਰ 110 ਹੁੰਦੇ ਆ। ਜਿੰਨੇ ਵੀ ਟੋਟਲ ਬੱਚੇ ਉਹਦੇ ਵਿੱਚ ਬੱਚੇ ਆਂਗਣਵਾੜੀ ਦੇ ਵੀ ਹੈਗੇ ਆ ਜੀ, ਉਹਨਾਂ ਬੱਚਿਆਂ ਨੂੰ ਵੀ ਨਾਲ ਮੈਂ ਪਿਆਰ ਦਿੰਦਾ ਵਾਂ, ਮੈਂ ਉਹਨਾਂ ਕੋਲ ਪਿਆਰ ਬੱਚਿਆਂ ਕੋਲ ਖੜਦਾ ਵਾਂ। ਹੋਰ ਕਿਹੜੇ ਕਿਹੜੇ ਕੰਮ ਕੀਤੇ ਜੀ ਤੁਸੀਂ? ਕੰਮ ਜੀ ਵੇਖੋ, ਕੰਮ ਬਹੁਤੇ ਆਪਾਂ ਫਿਲਮ ਆਉਣ ਦੀ ਕੋਈ ਐਡੀ ਸਾਨੂੰ ਲੋੜ ਨਹੀਂ, ਆਪਾਂ ਭੈਣ ਭਰਾਵਾਂ ਦੇ ਨਾਲ ਚੱਲ ਰਹੇ ਹਾਂ, ਜਿੰਨਾ ਵੀ ਸਾਡੇ ਕੋਲ ਹੋ ਰਿਹਾ ਵਾ ਅਸੀਂ ਸਾਧ ਸੰਗਤ ਦਾ ਮਦਦ ਕਰ ਰਹੇ ਹਾਂ। ਅਸੀਂ ਜੀ ਸੁਣਿਆ ਪਿੰਡ 'ਚੋਂ ਤੁਸੀਂ ਸਿਲੰਡਰ ਵੀ ਵੰਡੇ ਜੀ? ਹਾਂਜੀ, ਸਿਲੰਡਰ ਵੰਡਿਆ ਜੀ, ਅੱਗੇ ਸਿਲੰਡਰ ਵੰਡੇ ਆ ਜੀ, ਹੁਣ ਦੁਬਾਰਾ ਫਿਰ ਆਪਾਂ ਫਾਰਮ ਭਰ ਕੇ ਦੇ ਰਹੇ ਹਾਂ, ਆਪਾਂ ਫਿਰ ਸਿਲੰਡਰ ਦੇ, ਜਿੰਨਾ ਚਿਰ ਇਲੈਕਸ਼ਨ ਦਾ ਸਮਾਂ ਨਹੀਂ ਆਉਂਦਾ ਉਨਾ ਚਿਰ ਅਸੀਂ ਸਿਲੰਡਰ ਵੰਡਦੇ ਰਹਾਂਗੇ ਫਰੀ ਖਾਤੇ 'ਚ। ਤੁਹਾਡੇ ਪਿੰਡ 'ਚ ਕੋਈ ਡਿਸਪੈਂਸਰੀ, ਕੋਈ ਲਾਈਬ੍ਰੇਰੀ ਕੁਛ? ਨਹੀਂ ਜੀ, ਸਾਡੇ ਪਿੰਡ ਕੋਈ ਨਾ ਡੰਗਰਾਂ ਦਾ ਹਸਪਤਾਲ ਹੈ, ਨਾ ਕੋਈ ਲਾਈਬ੍ਰੇਰੀ ਹੈ, ਨਾ ਕੋਈ ਛੋਟਾ ਹਸਪਤਾਲ ਹੈ ਬੱਚਿਆਂ ਵਾਸਤੇ, ਸਿਆਣੇ 'ਤੇ ਕੋਈ ਨਹੀਂ ਗਿਆ ਹੈਗਾ ਸਾਡੇ ਪਿੰਡ ਦੇ ਵਿੱਚ। ਜੰਝ ਘਰ ਵੀ ਨਹੀਂ ਹੈਗਾ ਕੋਈ ਵੀ ਸਾਡੇ ਪਿੰਡ ਹੈ। ਅਗਰ ਜੇ ਤੁਹਾਨੂੰ ਪਿੰਡ ਦੇ ਲੋਕ ਜਿਤਾ ਕੇ ਭੇਜਦੇ ਆ ਤਾਂ ਇਹੋ ਜਿਹੇ ਕੰਮ ਕਰੋਗੇ ਤੁਸੀਂ? ਇਹੋ ਜਿਹੇ ਸਾਰੇ ਕੰਮ ਕਰਾਂਗੇ ਜੀ, ਸਰਕਾਰ ਦੇ ਗਾੜੀ ਬੇਨਤੀ ਕਰਾਂਗੇ ਵੀ ਸਾਡੇ ਪਿੰਡ ਜਾਂਦੀਆਂ ਮਤਲਬ ਚੀਜ਼ਾਂ ਨਹੀਂ ਹੈਗੀਆਂ ਸਾਨੂੰ ਦਿੱਤੀਆਂ ਜਾਣ। ਮਤਲਬ ਮੈਂ ਜੋ ਵੀ ਇਲੈਕਸ਼ਨ ਲੜ ਰਿਹਾ ਪੰਚਾਇਤ ਦੀ, ਸਰਪੰਚੀ ਦੀ ਇਲੈਕਸ਼ਨ, ਸਾਧ ਸੰਗਤ ਦੇ ਮੈਂ ਸਹਿਯੋਗ ਨਾਲ ਲੜ ਰਿਹਾ, ਮੈਂ ਸਿਰਫ ਇੱਕੋ ਹੀ ਮੁੱਦੇ 'ਤੇ ਇਲੈਕਸ਼ਨ ਲੜ ਰਿਹਾ ਕਿ ਮੈਂ ਪਿੰਡ ਦੇ ਵਿਕਾਸ ਵਾਸਤੇ ਸਰਪੰਚੀ ਦੀ ਇਲੈਕਸ਼ਨ ਲੜ ਰਿਹਾ। ਅੱਛਾ ਜੀ, ਇਹ ਕੋਈ ਵਿਕਾਸ ਰੁਕਿਆ ਵੀ ਆ ਪਿੰਡ ਦਾ? ਰੁਕੇ ਜੀ। ਅੱਛਾ ਜੀ, ਗਲੀਆਂ ਨਾਲੀਆਂ ਤੁਸੀਂ ਵੇਖ ਹੀ ਲਈਆਂ ਪਿੰਡ 'ਚ ਫਿਰ ਕੇ? ਹਾਂਜੀ ਹਾਂਜੀ। ਲਓ ਜੀ, ਹੁਣ ਸਾਡੇ ਨਾਲ ਪਿੰਡ ਮੈਸਮਪੁਰ ਕਲਾਂ ਖੁਰਦ ਦੇ ਇੱਕ ਵੋਟਰ ਵੀ ਮੌਜੂਦ ਵਾ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਸਰਦਾਰ ਗੁਰਦਿਆਲ ਸਿੰਘ ਨੂੰ ਕਿਸ ਤਰ੍ਹਾਂ ਵੇਖਦੇ ਜੀ, ਕੀ ਕਹਿਣਾ ਚਾਹੋਗੇ ਜੀ ਗੁਰਦਿਆਲ ਸਿੰਘ ਬਾਰੇ? ਇਹ ਜੀ ਬੜੇ ਨੇਕ ਬੰਦੇ ਆ, ਠੀਕ ਹੈ, ਇਰਾਦੇ ਵਾਲੇ ਬੰਦੇ ਆ, ਜਿਹਦੇ ਨਾਲ ਤੁਰਦੇ ਆ, ਨੇਕ ਦਿਲ ਨਾਲ ਤੁਰਦੇ ਆ, ਅਤੇ ਹਰ ਕੰਮ ਜਿਹੜਾ ਪਿੰਡ ਦਾ ਕਰਦੇ ਬਹੁਤ ਵਧੀਆ ਕਰਦੇ ਆ। ਅਤੇ ਜੇ ਕੱਲ੍ਹ ਨੂੰ ਇਹ ਖੜ੍ਹਦੇ ਇਲੈਕਸ਼ਨ ਵਿੱਚ ਤੁਸੀਂ ਪਾਓਗੇ ਵੋਟਾਂ ਜੀ? ਹਾਂਜੀ ਬਿਲਕੁਲ, ਨਾਲ ਹਾਂ ਜੀ, ਚਿੱਟੇ ਲੰਗੇ ਨਾਲ ਤੁਰੇ ਇਹਨਾਂ ਦੇ, ਵਰਕਰ ਵੀ ਨਾਲ ਕਰਨ ਡਏ ਆ। ਮੁੰਡਿਆਂ ਜੀ ਬਹੁਤ ਵਧੀਆ ਸਮਾਜ ਸੇਵਕ ਵਾਕਈ ਜੀ, ਸਮਾਜ ਸੇਵਕ। ਹਾਂਜੀ ਬਿਲਕੁਲ, ਸਮਾਜ ਸੇਵਕ। ਕਿਹੜੇ ਕਿਹੜੇ ਕੰਮ ਇਹਨਾਂ ਕੀਤੇ? ਕੰਮ ਆ ਸਿਲੰਡਰ ਵੰਡੇ 25 ਪਹਿਲਾਂ ਸੀ, ਹੁਣ ਠੀਕ ਹੈ, ਹੁਣ ਫਿਰ ਉਹ ਫਾਰਮ ਭਰੇ ਆ, ਉਹ ਵੰਡਣੇ ਆ, ਠੀਕ ਹੈ। ਸਕੂਲੇ ਸਰਕਾਰੀ ਛੋਟੇ ਬੱਚੇ ਨੇ ਵਰਦੀਆਂ ਵੀ ਦੇ ਕੇ ਜਾਂਦੇ ਆ, ਕਿਤਾਬਾਂ ਵੀ ਦਿੰਦੇ ਆ, ਹੋਰ ਵੀ ਜੇ ਕਿਸੇ ਕੋਈ ਗਰੀਬ ਦੀ ਕੋਈ ਬੱਚੀ ਦਾ ਵਿਆਹ ਵਾ ਜਾਂ ਕੋਈ ਬਜ਼ੁਰਗ ਮਰ ਗਿਆ ਵਾ ਉਹਦੀ ਵੱਧ ਜਾ ਕੇ ਮਦਦ ਕਰਦੇ ਆ, ਪੈਸੇ ਧੇਰੇ ਨਾਲ ਕਰਦੇ, ਸੌਦਾ ਪੱਤਾ ਵੀ ਚੁਕਾ ਕੇ ਦਿੰਦੇ ਆ, ਬਹੁਤ ਲਾਇਕ ਬੰਦੇ ਆ।
ਸਾਰਾ ਕੀ ਕਰੋਗੇ ਪਿੰਡ ਦੇ ਲੋਕਾਂ ਨੂੰ ਕਰੋਗੇ ਅਪੀਲ ਤੁਸੀਂ ਵੀ ਇਹੋ ਜਿਹੇ ਬੰਦੇ ਅੱਗੇ ਆਉਣੇ ਚਾਹੀਦੇ? ਅਸੀਂ ਸਾਰੇ ਨਗਰ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ, ਅਪੀਲ ਕਰਾਂਗੇ ਵੀ ਵੱਧ ਚੜ੍ਹ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦਾ ਸਾਥ ਦਿੱਤਾ ਜਾਵੇ ਅਤੇ ਇਹਨਾਂ ਨੂੰ ਕਾਮਯਾਬ ਬਣਾਇਆ ਜਾਵੇ। ਇਹ ਸਨ ਜੀ ਸਰਦਾਰ ਗੁਰਦਿਆਲ ਸਿੰਘ ਜਿਨ੍ਹਾਂ ਨੇ ਬਹੁਤ ਸਾਰੇ ਵਧੀਆ ਬਿਆਨ ਦਿੱਤੇ ਨੇ ਪਿੰਡ ਦੇ ਬਾਰੇ। ਅਤੇ ਹੁਣ ਅਸੀਂ ਫਿਰ ਅਗਲੇ ਸਰਪੰਚ ਨਾਲ ਤੁਹਾਨੂੰ ਮਿਲਾਵਾਂਗੇ। ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।